subscribe our channel for latest updates. ਪੰਜਾਬ ਸਰਕਾਰ ਵੱਲੋਂ ਕਰਜ਼ਾ ਮਾਫੀ ਦੇ ਨਾਮ ਤੇ ਕਿਸਾਨਾਂ ਨਾਲ ਵੱਡਾ ਮਜ਼ਾਕ ਕੀਤਾ ਜਾ ਰਿਹਾ ਹੈ। ਕਰਜ਼ਾ ਮਾਫੀ ਦੀ ਅਪਣਾਈ ਗਈ ਨੀਤੀ ਤਹਿਤ ਜਿਹੜੀਆਂ ਲਿਸਟਾਂ ਸਹਿਕਾਰੀ ਸੁਸਾਇਟੀਆਂ ਦੇ ਬਾਹਰ ਲਗਾਈਆਂ ਗਈਆਂ ਹਨ, ਉਹਨਾਂ ਨੂੰ ਪੜ੍ਹ ਕੇ ਕਰਜ਼ਾ ਮਾਫੀ ਬਿਲਕੁਲ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਕਮਰੋਂਦਾ ਵਿਖੇ, ਜਿੱਥੇ ਬਲਵਿੰਦਰ ਸਿੰਘ ਕਿਸਾਨ ਨੂੰ ਕਰਜ਼ਾ ਮਾਫੀ ਲਈ ਸਰਕਾਰ ਤੋਂ ਕਾਫੀ ਆਸਾਂ ਸਨ। ਤਾਂ ਉਸ ਦੀਆਂ ਆਸਾਂ ਤੇ ਪਾਣੀ ਉਦੋਂ ਫਿਰ ਗਿਆ ਜਦੋਂ ਉਸਨੇ ਸਹਿਕਾਰੀ ਸੁਸਾਇਟੀ ਦੇ ਬਾਹਰ ਲੱਗੀ ਲਿਸਟ ਵਿੱਚ ਆਪਣੀ ਕਰਜ਼ਾ ਮਾਫੀ 7 ਰੁਪਏ ਵੇਖੀ ਤਾਂ ਉਸਦੇ ਹੋਸ਼ ਉੱਡ ਗਏ। ਕਰਜ਼ਾ ਸਾਡਾ ਜੀ 39,000 ਲਿਆ ਸੀ ਜੀ, ਕੁਛ ਰੇਤ ਹੀ ਚੱਕਿਆ, ਕੋਈ ਖਾਦ, ਕੁਛ ਇਹਨਾਂ ਨੇ ਸਾਨੂੰ ਲਿਮਿਟ ਬਣਾਈ ਸੀ 26,000 ਦੀ, ਕੁਛ ਖਾਦ ਰੇਹ ਚੱਕਿਆ, ਜਾਣੀ ਉਹਦੇ ਵਿੱਚ ਸਾਨੂੰ 7 ਰੁਪਏ ਦੀ ਮਾਫੀ ਆਈ। ਇਹ ਇਹਨਾਂ ਦੀ ਮਿਲ ਭੁਗਤਣਾ ਹੈ, ਜਿਹੜਾ ਸੁਸਾਇਟੀ ਵਾਲਾ ਹਰਪਾਲ ਸੈਕਟਰੀ ਹੈ ਉਹਨੇ ਸਾਡਾ ਰਿਕਾਰਡ ਗਲਤ ਭੇਜਿਆ, ਮਾਫੀ ਵਾਲੇ ਜਿਹੜੇ ਕਾਗਜ਼ ਭੇਜੇ, ਜਦਕਿ ਇਹਦੇ ਕੋਲ ਸਾਡੀ ਫਰਦ ਪਈ ਤੀ। ਉਹਨੇ 106 ਨੰਬਰ ਖੇਡ ਭੇਜਤੀ, ਉਹ 'ਚ 93 ਸਵੇ ਨਾਲ ਸਾਡਾ 7 ਰੁਪਏ ਮਾਫ਼ ਕਰਿਆ। ਅਤੇ ਪਹਿਲਾਂ ਵੀ ਤੁਹਾਡੇ ਕਰਜ਼ਾ ਲਿਆ ਸੀ? ਪਹਿਲਾਂ ਜਿਹੜਾ ਕਰਜ਼ਾ ਲਿਆ ਸੀ ਇਹਨੇ ਸਾਡੇ ਨਾਲ ਧੱਕੇ ਨਾਲ ਅਟੈਚ ਲਿਖ ਜੀ, ਅਜੇ ਤੱਕ ਨਹੀਂ ਤਾਰਿਆ। ਅਸੀਂ ਨੇ 2 ਲੱਖ ਰੁਪਇਆ ਭਰਨਾ ਪਿਆ ਜੀ ਸਾਨੂੰ, ਉਹ ਅਸੀਂ ਨੇ ਆਪਦੇ ਘਰ ਦੇ ਬਸਤੀ ਵੇਚ ਕੇ ਭਰਿਆ, ਫਿਰ ਵੀ ਅਜੇ ਤੱਕ ਵੀ ਅਟੈਚ ਨਹੀਂ ਤਾਰਿਆ। ਇਹ ਰਾਬਟ ਨੰਬਰ 14 ਦੀ ਹੈ ਜੀ, ਆਪਣੀ ਇਹਨਾਂ ਨੇ 16 ਨੂੰ ਇਹਨੇ ਕਰਜ਼ਾ ਭਰਤਾ, ਅਜੇ ਤੱਕ ਵੀ 16 ਦਾ ਰਾਬਟ ਨੰਬਰ ਖੜ੍ਹਾ, ਅਜੇ ਤੱਕ ਉਹ ਅਟੈਚ ਬੈਂਕ ਨੂੰ ਅਟੈਚ ਕਰਕੇ ਸਾਡੀ ਜਲੀਲ ਕਰ ਰਹੇ ਨੇ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਸਾਡੀ ਮਾਫ਼ੀ ਹੋਣੀ ਚਾਹੀਦੀ ਹੈ। ਜਿਹੜੀ ਹੈਗੀ ਹੈ ਸਾਡੇ ਕੋਲ ਸਹੀ ਜ਼ਮੀਨ ਹੈ, ਸਾਡੇ ਕੋਲ 11 ਮਰਲੇ ਜ਼ਮੀਨ ਹੈ ਮੇਰੇ ਕੋਲ, ਮੇਰੇ ਘਰਵਾਲੀ ਦਾ ਇਹਨਾਂ ਨੇ 9 ਹੀ ਨਹੀਂ ਭੇਜਿਆ ਹੈਗਾ, ਉਹਦੇ ਕੋਲ ਕੁੱਲ ਜ਼ਮੀਨ 43.8 ਮਰਲੇ, ਉਹਦਾ 1.5 ਕਿੱਲਾ ਵੀ ਨਹੀਂ ਬਣਦਾ ਜੀ। ਹੋਰ ਵੀ ਬਹੁਤ ਬੰਦੇ ਰਹਿ ਗਏ ਜੀ ਜਿਹੜੇ ਅਸਲੀ ਦੇ, ਉਹ ਰਹਿ ਗਏ, ਜਿਹੜੇ ਵੱਧ ਜ਼ਮੀਨ ਵਾਲੇ ਨੇ ਉਹਨਾਂ ਨੂੰ ਇਹਨਾਂ ਦੇਤਾ ਮਿਲ ਭੁਗਤਣ ਕਰਕੇ, ਜਾਂ ਡਰਦੇ ਮਾਰਿਆ ਨੇ ਦੇਤਾ ਇਹਨਾਂ ਨੂੰ ਆਪਦੇ ਬੰਦਿਆਂ ਨੂੰ ਕਰਕੇ। ਸਾਡੇ ਵਿੱਚ ਬਹੁਤ ਘੱਟ ਹੋਏ ਨੇ ਜੀ, ਵਿੱਚ ਅੱਧੇ ਲੋਕਾਂ ਦੇ ਹੋ ਗਏ, ਅੱਧਿਆਂ ਦੇ ਰਹਿ ਗਏ, ਵਿੱਚ ਕਈ 2.5 ਏਕੜ ਵਾਲੇ ਬੰਦੇ ਰਹਿ ਗਏ, ਵਿੱਚ 5 ਏਕੜ ਵਾਲਿਆਂ ਦੇ ਹੋ ਗਏ, ਵੀ ਚਲੋ ਜ਼ਮੀਨ ਪਰਿਵਾਰ ਦੀ ਵੰਡੀ ਵੀ ਹੈ, ਕਿਸੇ ਲੋਕ ਲੈ ਗਏ, ਵਿੱਚ ਲੋਕਾਂ ਦੀ ਇਤਰਾਜ਼ਬਾਜ਼ੀ ਹੋ ਰਹੀ ਹੈ ਵੀ ਉਹ ਆਪਣਾ ਲੋਕਾਂ ਨੂੰ ਮਤਲਬ ਪੂਰਾ ਹੋਰ ਫੈਸਲਾ ਨਹੀਂ ਮਿਲਿਆ ਜੀ, ਵੀ ਉਹ ਕਹਿੰਦੇ ਹੁਣ ਮੇਰਾ ਲੜਕਾ ਗੁਰਜੀਤ ਸਿੰਘ ਉਹਨਾਂ 3 ਏਕੜ ਜ਼ਮੀਨ ਆ, ਉਹਦਾ ਨਾਮ ਬਿਲਕੁਲ ਨਹੀਂ ਲਿਸਟ 'ਚ ਆਇਆ ਜੀ। ਹਾਂ ਹੋਰ ਬਹੁਤ ਬੰਦੇ, ਕੋਈ 2.5 ਏਕੜ ਵਾਲਾ, ਇੱਕ ਵਿੱਚ ਬੰਦਾ 7 ਏਕੜ ਵਿਘੇ ਵਾਲਾ, ਇਹਨਾਂ ਦੇ ਨਾਂ ਬਿਲਕੁਲ ਨਹੀਂ ਆਏ ਹਨ। ਹੁਣ ਜਿਹੜਾ ਬੰਦਾ ਹੁਣ ਉੱਪਰੋਂ SDM ਲਾ ਲਓ, ਪਟਵਾਰੀ ਲਾ ਲਓ, ਬਣਾ ਰਹੇ ਨੇ ਜੀ, ਉਹਨਾਂ ਦਾ ਕੰਪਿਊਟਰ 'ਚ ਚਾੜਨ ਕਰਕੇ ਲਿਸਟਾਂ 'ਚ ਨਾ, ਉਹਨਾਂ ਦਾ ਕਸੂਰ ਮੰਨਦੇ ਅਸੀਂ ਤਾਂ ਜ਼ਿਆਦਾ। ਮੰਗਦਾ ਹੀ ਕਹਿੰਦੇ ਵੀ ਸਾਰਿਆਂ ਨਾਲ ਫੈਸਲਾ ਇੱਕ ਹੋਣਾ ਚਾਹੀਦਾ ਜੀ, ਜੋ ਸਰਕਾਰ ਵਾਅਦਾ ਕਰਦੀ ਹੈ ਵੀ ਉਹ 5 ਏਕੜ ਤੱਕ ਦਾ ਕਰਜ਼ਾ ਪੂਰਾ ਮਾਫ਼ ਹੋਣਾ ਚਾਹੀਦਾ। ਮੇਲੇ ਵਿੱਚ 7.25 ਵਿਘੇ ਸਮਾਂ ਜੀ ਨਾ ਜੀ, ਪਹਿਲਾਂ ਮੈਂ ਪਟਵਾਰੀ ਲਵੇ ਗਏ ਤੇ ਅਸੀਂ ਜੀ ਉਹਨੂੰ ਕਾਗਜ਼ ਦੇ ਆਏ ਤੇ ਜੀ, ਉਹਨਾਂ ਸੁਸਾਇਟੀ ਵੱਲੋਂ ਜੀ, ਉਹ ਸੁਸਾਇਟੀ ਵੱਲੋਂ ਕਾਗਜ਼ ਦੇ ਕੇ ਅੱਜ ਸਾਡੇ ਲਵੇ, ਫਿਰ ਉਰੇ ਸਾਨੂੰ ਬੁਲਾਇਆ ਜੀ ਉਰੇ ਬੈਂਕ 'ਚ, ਉਹ ਕਹਿੰਦੇ ਵੀ ਤੁਹਾਡੇ ਨਾਂ ਫੇਰ ਨਹੀਂ ਆਏ ਹਨ ਵਿੱਚ, ਵੀ ਤੁਹਾਡਾ ਮਾਫ਼ ਨਹੀਂ ਹੁੰਦਾ ਜੀ। ਕੀ ਤੁਹਾਨੂੰ ਤਾਂ ਕਿੰਨਾ ਏਕੜ ਤੇ ਤੁਹਾਡੇ? ਮੇਲੇ ਵਿੱਚ 7.25 ਵਿਘੇ ਸਮਾਂ ਜੀ, 1.5 ਕਿੱਲਾ ਜੀ। ਕਿੰਨਾ ਲਿਆ ਹੋਇਆ ਤੁਸੀਂ ਕਰਜ਼ਾ? ਮੈਂ ਲਿਆ ਵਾ ਜੀ 45,000 ਜੀ। ਨਾ ਜੀ, ਹੁਣ ਕੀ ਮੰਗ ਕਰਦੇ? ਹੁਣ ਮੰਗ ਇਹ ਕਰਦੇ ਵੀ ਹੋਰ ਲੋਕਾਂ ਦਾ ਹੋਰਾ ਸਾਡਾ ਵੀ ਹੋਣਾ ਚਾਹੀਦਾ ਜੀ। SDM ਨਾਭਾ ਅਮਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਰਜ਼ਾ ਮਾਫੀ ਦੀ ਇਹ ਲਿਸਟ ਫਾਈਨਲ ਨਹੀਂ ਹੈ ਅਤੇ ਜਿਹੜੇ ਕਿਸਾਨਾਂ ਨੂੰ ਰਾਸ਼ੀ ਦੀ ਸਮੱਸਿਆ ਆ ਰਹੀ ਹੈ ਉਹ ਆਪਣੀ ਅਰਜ਼ੀ ਦਫ਼ਤਰ ਦੇ ਸਕਦੇ ਹਨ ਤਾਂ ਉਸ ਨੂੰ ਠੀਕ ਕੀਤਾ ਜਾਵੇਗਾ। ਕਿਉਂਕਿ ਇਹ ਲਿਸਟ ਸਿਰਫ ਇੱਕ ਸੋਸ਼ਲ ਆਡਿਟ ਲਈ ਹੈ, ਲੋਕਾਂ ਸਾਹਮਣੇ ਰੱਖੀ ਗਈ ਹੈ ਕਿ ਜਿਹਨੂੰ ਵੀ ਕੋਈ ਆਪੱਤੀ ਹੈ ਉਹ ਦੱਸ ਦੇ, ਤਾਂ ਇਹ ਲਿਸਟ ਸਿਰਫ ਓਬਜੈਕਸ਼ਨ ਲਈ ਅਤੇ ਟ੍ਰਾਂਸਪੇਰੈਂਸੀ ਲਈ ਰੱਖੀ ਗਈ ਹੈ, ਤਾਂ ਇਸ ਕਰਕੇ ਜੋ ਚੈੱਕ ਵਾਲੀ ਗੱਲ ਨਹੀਂ ਹੈ। ਹੁਣੇ ਸਿਰਫ ਇਹ ਲਿਸਟ ਲੋਕਾਂ ਨੂੰ ਪਾਰਦਰਸ਼ਿਤਾ ਲਈ ਉਹਨਾਂ ਦੇ ਸਾਹਮਣੇ ਰੱਖੀ ਗਈ ਹੈ, ਤਾਂ ਜਿਹਨਾਂ ਨੂੰ ਕੋਈ ਵੀ ਆਪੱਤੀ ਹੈ ਸਰਕਾਰ ਦੀ ਗਾਈਡਲਾਈਨ ਮੁਤਾਬਿਕ ਅਸੀਂ ਉਹਨੂੰ ਐਗਜ਼ਾਮਿਨ ਕਰਵਾ ਲੈਣਗੇ, ਔਰ ਜਿਹਦੀ ਵੀ ਐਲੀਜੀਬਲ ਅਮਾਊਂਟ ਬਣਦੀ ਹੈ, ਐਲੀਜੀਬਲ ਜੋ ਬਣਦਾ ਹੈ ਸਰਕਾਰ ਦੀ ਹਦਾਇਤਾਂ ਮੁਤਾਬਿਕ ਉਹ ਹੋਇਆ ਹੋਊਗਾ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।